ਸਤਿ ਸ਼੍ਰੀ ਅਕਾਲ ਦੋਸਤੋ, ਆ ਜਾਓ ਤੁਹਾਨੂੰ ਦਿਖਾਉਣੇ ਆ ਕਿ ਰਾਜਸਥਾਨ ਫੀਡਰ ਜਿਹੜੀ ਹਰੀ ਕੇ ਪੱਤਰੋਂ ਨਿਕਲਦੀ ਹੈ ਕਿੱਥੇ ਜਾਂਦੀ ਹੈ, ਕਿੱਥੇ ਇਹਨੂੰ ਤੁਰੀ ਜਾਂਦੀ ਨੂੰ 125-150 ਫੁੱਟ ਚੱਕ ਕੇ ਜਿਹੜਾ ਉੱਚੀ ਕਰ ਦਿੱਤਾ ਜਾਂਦਾ, ਕਿੱਥੇ ਹਜ਼ਾਰ ਹਜ਼ਾਰ ਹੋਰਸ ਪਾਵਰ ਦੀਆਂ 10 ਮੋਟਰਾਂ ਲੱਗੀਆਂ ਜਿਹੜੇ ਤੁਰੀ ਜਾਂਦੀ ਨਹਿਰ ਨੂੰ ਚੱਕ ਕੇ 125 ਫੁੱਟ ਉੱਚੀ ਨਹਿਰ ਦੇ ਵਿੱਚ ਬਦਲ ਦਿੰਦੀਆਂ, ਕਿੱਥੇ ਨਹਿਰ ਮੁੱਕਦੀ ਹੈ ਆਓ ਦੇਖਦੇ ਹਾਂ ਵੀਡੀਓ 'ਚ। ਸਤਿ ਸ਼੍ਰੀ ਅਕਾਲ ਜੀ, ਇੱਕ ਨਾ ਮੈਂ ਤੁਹਾਨੂੰ ਨਹਿਰ ਦਿਖਾ ਰਿਹਾ ਤੇ ਨਹਿਰ ਹੈ ਇਹ ਉਹ ਰਾਜਸਥਾਨ ਆਪਾਂ ਜਿਹੜੀ ਕਹਿ ਦਿੰਦੇ ਨਾ ਰਾਜਸਥਾਨ ਦੀ ਨਹਿਰ ਜਾਂ ਜੌੜੀਆਂ ਨਹਿਰਾਂ ਵੱਡੀ ਨਹਿਰ ਜਿਹੜੀ ਹਰੀ ਕੇ ਪੱਤਣ ਤੋਂ ਨਿਕਲਦੀ ਹੈ ਤੇ ਇਸ ਟਾਈਮ ਅਸੀਂ ਖੜੇ ਹਾਂ ਰਾਜੀਆ ਸਰ ਹੈਗਾ ਇਹ ਸੂਰਤਗੜ੍ਹ ਤੋਂ ਅੱਗੇ ਆ ਰਾਜਸਥਾਨ ਬੀਕਾਨੇਰ ਰੋਡ ਦੇ ਉੱਪਰ। ਤਾਂ ਇੱਥੇ ਇੱਕ ਖਾਸ ਗੱਲ ਹੈ, ਆਹ ਨਹਿਰ ਜਿਹੜੀ ਉੱਥੋਂ ਆਉਂਦੀ ਹੈ ਕਿਉਂਕਿ ਰਾਜਸਥਾਨ ਦੇ ਜਿਹੜੇ ਬਾਂਹ ਨਾ ਬੜੇ ਉੱਚੇ ਆ ਤੇ ਜਿਹੜੀ ਨਹਿਰ ਆ ਉਹ ਨੀਵੇਂ ਥਾਂ 'ਚ ਆਉਂਦੀ ਹੈ। ਤਾਂ ਇੱਥੇ ਕੀ ਹੋਇਆ ਵਾ, 114 ਪੌੜੀਆਂ ਅਸੀਂ ਪੂਰੀਆਂ ਚੜ੍ਹ ਕੇ ਆਏ ਹਾਂ ਥੱਲਿਓ, ਤਾਂ ਉਹ ਸੂਆ ਜਿਹੜੀ ਇਹ ਨਹਿਰ ਇੱਥੇ ਪਹੁੰਚ ਗਈ ਵੱਡੀ ਨਹਿਰ 'ਚੋਂ ਥੋੜ੍ਹਾ ਪਾਰਟ ਜਿਹੜਾ ਪਾਰਦਾ ਜਾਂ ਘੱਟਦੀ ਘੱਟਦੀ ਕੁਛ ਇੱਥੇ ਪਹੁੰਚ ਜਾਂਦੀ ਆ। ਤਾਂ ਇਹਨੂੰ ਕੀ ਕਰਿਆ ਵਾ, ਇੱਥੋਂ ਚੱਕ ਕੇ ਇਹਦੇ 'ਚ ਮੋਟਰਾਂ ਲੱਗੀਆਂ, ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ 1000 ਹਾਰਸ ਪਾਵਰ ਦੀ ਇੱਕ ਮੋਟਰ ਤੇ 10 ਮੋਟਰਾਂ ਦੇ ਕਰੀਬ ਆ। ਜਿਹੜੀ ਇੱਕ ਮੋਟਰ ਸਾਡੀ ਗੱਲ ਹੋਈ ਸੀ ਵੀਰਾਂ ਨਾਲ ਜਿਹੜੇ ਇੱਥੇ ਡਿਊਟੀ ਕਰਦੇ ਆ, 75 ਤੋਂ ਲੈ ਕੇ 100 ਕਿਊਸਕ ਜਿਹੜਾ ਪਾਣੀ ਆ ਉਹ ਉੱਪਰ ਪਹੁੰਚਾਉਂਦੀ ਆ। ਹੁਣ ਇੱਥੇ ਦੇਖਣ ਵਾਲਾ ਬੜਾ ਮਤਲਬ ਨਿਸ਼ਾਰੇਦਾਰ ਚੀਜ਼ ਆ ਯਾਰ, ਉਹ ਉੱਥੇ ਖਤਮ ਹੋ ਗਈ, ਉਹ ਉੱਥੇ ਆ ਕੇ ਉਦੋਂ ਆ 114 ਪੌੜੀਆਂ ਉੱਪਰ ਆ ਕੇ ਜਿਹੜੀ ਇਹ ਆ ਫਿਰ ਸ਼ੁਰੂ ਹੋ ਗਈ ਆ। ਇੱਥੇ ਵੀ ਇਹਨਾਂ ਨੇ 2 ਬਣਾਈਆਂ, ਜਿਹੜੀ ਆਵਾਜ਼ ਤੁਸੀਂ ਦੇਖ ਰਹੇ ਹੋ ਹਵਾ ਕੱਢਣ ਨੂੰ, ਕਿਉਂਕਿ ਜਿਹੜਾ ਪ੍ਰੈਸ਼ਰ ਦੇ ਨਾਲ ਹਵਾ ਆਉਂਦੀ ਆ ਇੱਥੇ ਨਿਕਲਦੀ ਆ, ਉਹ ਆਹ ਸਾਰੇ ਹਵਾ ਵਾਲੇ ਰੱਖੇ ਪਏ ਆ। ਤਾਂ ਆਹ ਜਿਹੜੀ ਨਹਿਰ ਆ ਇਹ, ਕਿਉਂਕਿ ਰਾਜਸਥਾਨ ਦੇ ਜਿਹੜੇ ਖੇਤ ਆ ਉਹ ਦੂਰ ਦੁਰਾਡੇ ਜਾਂ ਉੱਚੇ ਖੇਤ ਹੈ, ਜੇ ਇਹਦੇ ਐਗਜ਼ਾਮਪਲ ਦੇਖੋ ਤਾਂ ਤੁਸੀਂ ਉਹ ਤੁਸੀਂ ਦੇਖ ਰਹੇ ਹੋ ਜਿਹੜਾ ਸੂਆ ਆ ਗਿਆ ਤੇ ਜਿਹੜੇ ਖੇਤ ਆ ਇੱਧਰ ਪੂਰੇ ਉਹ ਸਰਮਾ ਕਿੱਥੇ ਲੱਗੀਆਂ ਹੋਈਆਂ ਪੂਰੇ ਉੱਚੇ ਏਰੀਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤਾਂ ਪਾਣੀ ਨੂੰ ਬੜੇ ਤਰੀਕੇ ਨਾਲ ਵਰਤਿਆ ਗਿਆ, ਬੜੇ ਤਰੀਕੇ ਨਾਲ ਜਿਹੜੇ ਇਹਨੂੰ ਉੱਪਰ ਪਹੁੰਚਾਇਆ ਗਿਆ। 114 ਇਹ ਪੌੜੀਆਂ ਨੇ ਜਿਹੜੀ ਤਕਰੀਬਨ 1 ਫੁੱਟ ਦੀ ਪੌੜੀ ਆ, ਤੇ ਉਹ ਬਿਲਡਿੰਗ ਤੋਂ ਵੀ ਜਿਹੜੀ 15 ਫੁੱਟ ਹੋਰ ਡੂੰਘੀ ਥੱਲੇ, ਮੈਂ ਕਹਾਂ 10-15 ਫੁੱਟ ਆ ਬਿਲਡਿੰਗ ਦੇ ਜਿਹੜਾ ਉਹ ਲੈਵਲ ਆ ਗਿਆ, ਉਹ ਤੋਂ ਵੀ ਥੱਲੇ ਜਿਹੜੀ ਨਹਿਰ ਆ, ਜਾਣੀ ਕਿ ਜੇ ਮੋਟਾ ਮੋਟਾ ਆਪਾਂ ਕਹੀਏ ਤਾਂ 120-125 ਫੁੱਟ ਆ ਜਿਹੜਾ ਇਹਨੂੰ ਉੱਪਰ ਚੱਕਿਆ ਗਿਆ। ਤੇ ਇਹਦੇ 'ਚੋਂ 2 ਜਿਹੜੀਆਂ ਹੈਗੀਆਂ, ਇੱਕ ਸੂਆ ਕੱਢਿਆ ਗਿਆ, ਇੱਕ ਨਹਿਰ ਆ। ਤਾਂ ਸੂਆ ਤੁਹਾਨੂੰ ਮੈਂ ਦਿਖਾ ਦਿੰਦਾ, ਆਹੀ ਉਹ ਮੋਟਰਾਂ ਦੇ ਮੂੰਹ ਕਵਾਂਗੇ ਜਾਂ ਪੋਰ ਕਵਾਂਗੇ ਜਾਂ ਬੋਰ ਕਵਾਂਗੇ, ਇੱਥੇ ਛੱਡ ਗਿਆ ਸੂਆ ਜਿਹੜਾ ਇਹਦੇ 'ਚੋਂ ਨਿਕਲਿਆ ਇੱਕ, ਤਾਂ ਕਿ ਜਿਹੜਾ ਸਿੰਚਾਈ ਦੇ ਲਈ ਸੌਖਾ ਹੋ ਜਾਏ, ਸਿੰਚਾਈ ਕੀਤੀ ਜਾ ਸਕੇ। ਤਾਂ ਹੁਣ ਦੇਖਣ ਵਾਲਾ ਇੱਕ ਹੋਰ ਵੀ ਗੱਲ ਆ ਵੀ ਇੱਧਰ ਸੂਆ ਤੇ ਸੂਏ ਦੇ ਪਿਛਲੇ ਪਾਸੇ ਜੇ ਆਪਾਂ ਦੇਖੀਏ ਤਾਂ ਕੁਛ ਨਹੀਂ, ਵੀ ਕਿੱਥੋਂ ਆਉਂਦਾ, ਦੇਖਣ ਵਾਲੀ ਚੀਜ਼ ਆ, ਘੈਂਟ ਚੀਜ਼ ਹੈ, ਪਰ ਆਉਂਦਾ ਕਿੱਥੋਂ ਹੈ ਉਹ ਆਪਾਂ ਤੁਹਾਨੂੰ ਸਸਪੈਂਸ 'ਚ ਨਹੀਂ ਰੱਖਦੇ। ਉਹ ਆ ਗਿਆ ਉਹਨੂੰ ਇਹ 125 ਫੁੱਟ ਤਕਰੀਬਨ ਜਿਹੜਾ ਉੱਪਰ ਚੱਕ ਕੇ ਇੱਥੇ ਸੁੱਟਿਆ ਗਿਆ। ਤਾਂ ਇਹਦੇ 'ਚੋਂ 2 ਬਣਾਤੀਆਂ ਅੱਗੇ ਇਹਨਾਂ ਨੇ, ਕਿਉਂਕਿ ਅਲੱਗ ਅਲੱਗ ਏਰੀਏ ਦੇ ਹਿਸਾਬ ਨਾਲ ਸਿੰਚਾਈ ਦੇ ਹਿਸਾਬ ਨਾਲ 2 ਜਣੀਆਂ, ਇੱਕ ਸੂਆ ਕੱਢਦਾ, ਇੱਕ ਨਹਿਰ ਦੀ ਨਹਿਰ ਫਿਰ ਅੱਗੇ ਗਈ। ਤਾਂ ਜਾਣੀ ਕਿ ਇੰਨੀ ਡੂੰਘੀ ਆਉਂਦੀ ਨੂੰ ਜਿਹੜਾ 115-120 ਫੁੱਟ ਜਿਹੜਾ ਆਪਾਂ ਕਹਿ ਸਕਦੇ ਉਹਨੂੰ ਉੱਚਾ ਚੱਕ ਕੇ ਇੱਥੇ ਧਰ ਦਿੱਤਾ ਗਿਆ। ਤਾਂ ਉਹਦੇ 'ਚੋਂ ਅਲਾਊਡ ਨਹੀਂ ਸੀ, ਨਹੀਂ ਤੁਹਾਨੂੰ ਵਿੱਚੋਂ ਮੋਟਰਾਂ ਵੀ ਦਿਖਾਉਣ ਦੇ, ਬੜੀਆਂ ਵੱਡੀਆਂ ਮੋਟਰਾਂ 1000 ਹਾਰਸ ਪਾਵਰ ਦੀ, ਕਿਉਂਕਿ 20-25 ਦੀ 15-20 ਦੀ ਮੋਟਰ ਲਾ ਕੇ ਆਪਣਾ ਹੁੰਦਾ ਬਹੁਤ ਵੱਡੀ ਮੋਟਰ ਲਾ ਲਈ। ਤਾਂ 1000 ਹਾਰਸ ਪਾਵਰ ਦੀਆਂ 10 ਮੋਟਰਾਂ ਨੇ, 8 ਪੋਰ ਇੱਧਰ ਖੁੱਲਦੇ ਆ, ਤੁਸੀਂ ਦੇਖ ਲਓ ਗਿਣ ਲਿਓ, ਤੇ 2 ਉੱਧਰ ਹੈ। ਤਾਂ 10 ਦੀਆਂ 10 ਮੋਟਰਾਂ ਜਿਹੜੀਆਂ ਇੱਥੇ ਇਹ ਆਪਦਾ ਪਾਣੀ ਹੈ ਜਿਹੜਾ ਇੰਨਾ ਉੱਚਾ ਇਹਨਾਂ ਨੇ ਕਰਤਾ, ਬਹੁਤ ਵਧੀਆ ਦਿਲਕਸ਼ ਨਜ਼ਾਰਾ ਹੈ, ਬੜੀ ਵਧੀਆ ਚੀਜ਼ ਹੈ। ਇੱਧਰ ਨਹਿਰ ਹੈ ਤੇ ਨਹਿਰ ਦੇ ਪਿਛਲੇ ਪਾਸੇ ਕੀ ਹੈ ਵੀ ਕੁਛ ਵੀ ਨਹੀਂ, ਨਹਿਰ ਵੀ ਕਿਹੜੀ ਹੈ ਜਿਹੜੀ ਹਰੀ ਕੇ ਪੱਤਣ ਤੋਂ ਨਿਕਲਦੀ ਹੈ। ਤਾਂ ਉਹ ਪਾਣੀ ਨੂੰ ਇਸ ਢੰਗ ਨਾਲ ਜਿਹੜਾ ਰਾਜਸਥਾਨ ਨੇ ਸਿੰਚਾਈ ਦੇ ਲਈ ਵਰਤਿਆ ਗਿਆ।